ਸਾਰੀ ਦੁਨੀਆ ਮੈਂ ਸਵਾਤੋ ਅਮਰ ਚੰਦ ਜੀ ਮਹਾਰਾਜ ਉਸ ਧਰਤੀ ਨੂੰ ਬੁਲਾਮ ਕਰਦੇ ਤੂਫਾਨ ਵਾਂਗ ਉਸ ਵਕਤ ਮੈਦਾਨ ਦੇ ਵਿੱਚ ਵਿੱਚ ਕਰਦੇ ਮੰਡੋ ਮੁਜ਼ਾਰਾ ਸੁੱਖਾ ਸੰਗਰਾਮ ਦੇ ਸਾਰੇ ਉਹ ਸੰਗਰਾਮ ਨੂੰ ਸਾਡੇ ਵਿੱਚ ਚਲਾਉਂਦੇ ਹੋ ਆਪਣੀ ਦੇਖ ਰੇਖ ਦੇ ਵਿੱਚ ਸੁਣ ਮਕਰ ਵਾਸਤੂ ਦੇ ਸਹਿਯੋਗ ਦੇ ਨਾਲ ਅੱਜ ਇਸ ਰਾਣਾ ਦੀ ਪਰਿਵਾਰ ਹੈ ਉੱਥੇ ਪਰਮਾਤਮਾ ਅੱਜ ਦੋ ਸਾਲ ਦੇ ਹੋਣ ਜਾਣੇ ਓਂਕਾਰ ਸਿੰਘ ਨਿਉਪੜ ਸਰਦਾਰ ਰਵੀਰ ਸਿੰਘ ਜੀ ਰਾਮੇਵਾਲ ਦੇ ਸਰਪੰਚ ਸਾਹਿਬ ਉਹਨਾਂ ਦੇ ਸ੍ਰੀ ਅਸ਼ੋਕ ਕੁਮਾਰ ਜੀ ਸਾਥੀ ਸਾਹਿਬ ਅੱਜ ਕੋਈ ਆਪਾਂ ਸਿੱਧੀਆਂ ਸਾਰੇ ਖਾਣੀਆਂ ਕਰਾਉਣੀਆਂ 40 ਪ੍ਰਵਾਨ ਸੁੱਕੇ ਭੁੱਲ ਗਏ 4 ਪ੍ਰਵਾਨ ਪੜ ਕੇ ਸੁਣੀ ਇਹ ਨੋਟ ਕਰ ਲਓ ਆ ਲਓ ਜੀ ਸੂਰਜ ਪ੍ਰਵਾਨ ਵਾਲੀ ਪੜਕੇ ਲਓ ਜੀ ਅਮਨ ਸੁਣਨਾ ਤੇ ਲੱਡੂ ਮਾਲੂਗਾ ਗੌਰਵ ਉੱਪਰ ਉੱਪਾ ਫਲੋਰ ਵਾਲੇ ਪ੍ਰਵਾਨ ਦਾ ਨਾਮ ਦੱਸ ਕੇ ਗਿਆ ਇਹਦੇ ਪ੍ਰਭਾਵ ਦੇ ਨਾਲ ਕੁਸ਼ਤੀ ਹੈ ਇਹਨਾਂ ਮੱਲਾਂ ਨੂੰ ਬੇਨਤੀ ਹੈ ਜਲਦ ਤੋਂ ਜਲਦ ਤਿਆਰ ਹੋ ਕੇ ਆ ਜਾਓ ਉੱਥੇ ਮੈਦਾਨ ਦੇ ਵਿੱਚ ਮੈਨੂੰ ਨਜ਼ਰ ਆ ਰਿਹਾ ਪਰਚੀਆਂ ਆ ਰਹੀ ਗਿਆ ਨੰਬਰ ਪਾਈ ਜਾਇਓ ਪਰਚੀ ਦੇ ਉੱਪਰ ਨੰਬਰ ਪਾਈ ਜਾਇਓ ਤਾਂ ਕਿ ਪਤਾ ਲੱਗ ਸਕੇ ਕਿਉਂਕਿ ਇਨਾਮ ਵੀ ਨਾਲ ਜਿਹੜੇ ਕੈਸ਼ ਪੈਸੇ ਦਿੱਤੇ ਜਾਣੇ ਆ ਮਸਤਾਂ ਦੀ ਕਿਰਪਾ ਦੇ ਨਾਲ ਜਿਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਜਿਹਨਾਂ ਦੇ ਦਿਲ ਦੇ ਰੀਝ ਪੂਰੀ ਹੁੰਦੇ ਆ ਜਿਹਨਾਂ ਨੂੰ ਬਖਸ਼ਿਸ਼ ਹੁੰਦੀ ਹੈ ਉਹ ਫਿਰ ਆਪਣੇ ਮੁਰਸ਼ਦ ਦਾ ਹਮੇਸ਼ਾ ਧੰਨਵਾਦ ਕਰਦੇ ਆ ਸੋ ਇਹਨਾਂ ਦੇ ਪਰਿਵਾਰ 'ਤੇ ਧਾਲੀਵਾਲ ਪਰਿਵਾਰ 'ਤੇ ਮਸਤਾਂ ਨੇ ਬੜੀ ਕਿਰਪਾ ਕੀਤੀ ਹੈ ਸੋ ਉਸੇ ਸੁੱਖ ਦੇ ਕਰਕੇ ਅੱਜ ਜਿਹੜੀ ਇਹ ਸਿੰਘ ਹੋ ਰਹੀ ਹੈ ਅਤੇ ਮੱਲਾਂ ਨੂੰ ਖੁਸ਼ੀ ਹੋਣੀ ਚਾਹੀਦੀ ਹੈ ਪ੍ਰਧਾਨਾਂ ਨੂੰ ਕਿ ਸਾਰ ਸੰਗਤ ਤੁਹਾਡੇ ਲਈ ਇੰਨੇ ਵੱਡੇ ਵਧੀਆ ਉਪਰਾਲੇ ਕਰਦੀ ਹੈ ਸੋ ਮੈਂ ਜਿੱਥੇ ਸਮੂਹ ਸਾਧ ਸੰਗਤ ਨਗਰ ਵਾਸੀਆਂ ਨੂੰ ਇਹ ਸਲਾਨਾ ਸਿੰਘ ਦੀਆਂ ਵਧਾਈਆਂ ਦੇਣਾ ਹਾਸਿਲ ਕੀਤੀ ਸੀ ਉਹ ਵੀ ਸਾਡੇ ਕੋਲ ਮੇਰੇ ਸਾਹਮਣੇ ਬੈਠੇ ਆ ਉੱਥੇ ਜੀਤਾ ਪਹਿਲਵਾਨ ਜੀ ਅੰਡਾ ਪੀਣ ਵਾਲਾ ਉਹ ਵੀ ਸਾਡੇ ਕੋਲ ਆਏ ਹੋਏ ਆ ਨਜ਼ੀਰ ਪਹਿਲਵਾਨ ਜੀ ਉੱਪਰਾਂ ਵਾਲੇ ਮੈਂ ਸਾਰੇ ਮੱਲਾਂ ਦਾ ਉਸਤਾਦ ਲੋਕਾਂ ਦਾ ਜਿੰਨੇ ਖਲੀਫੇ ਆਏ ਉਹਨਾਂ ਦਾ ਸਵਾਗਤ ਕਰਦਾ ਹਾਂਜੀ ਅਗਲੀ ਪਰਚੀ ਲੱਡੂ ਵੱਲੋਂ ਬਜਾਰਾ ਅਤੇ ਅਮਨ ਸੁਣਨਾ ਸਾਡਾ ਛੋਟਾ ਕੰਨਾ 'ਚ ਜ਼ਿਆਦਾ ਨਾ ਹੋ ਮਜ਼ਾ ਆਉਣਾ ਚਾਹੀਦਾ ਬੋਲਣ ਦਾ ਅਤੇ ਸੁਣਨ ਦਾ ਇਸ ਕਰਕੇ ਇੰਝ ਨਾ ਲੱਗੇ ਵੀ ਮੇਰਾ ਰੌਲਾ ਸਾਰਿਆਂ ਨੂੰ ਜ਼ਿਆਦਾ ਹੈ ਤਾਂ ਮੈਨੂੰ ਰੌਲਾ ਹੀ ਪਾਉਣ ਨੂੰ ਸੱਦਿਆ ਪਰ ਫਿਰ ਵੀ ਰੌਲਾ ਥੋੜ੍ਹਾ ਸਹਿੰਦਾ ਪਾਉਣਾ ਸੋਹਣਾ ਮੈਂ ਅਤੇ ਥੋੜ੍ਹਾ ਕੰਨਾਂ ਨੂੰ ਵਧੀਆ ਲੱਗਿਆ ਕੀਰਤੀ ਪਹਿਲਵਾਨ ਜੀ ਅਖਾੜਾ ਪੜਵਾ ਮੈਂ ਰਾਣਾ ਪਹਿਲਵਾਨ ਜੀ ਉਹਨਾਂ ਦੇ ਜਿਹੜੇ ਉਸਤਾਦ ਆ ਉਹਨਾਂ ਨੂੰ ਬੇਨਤੀ ਕਰਦਾ ਆਪਣੇ ਮੱਲਾਂ ਨੂੰ ਲੈ ਕੇ ਜਰਾ ਅਖਾੜੇ ਦੇ ਆਸੇ ਪਾਸੇ ਬੈਠਣ ਦੀ ਕਿਰਪਾਲਤਾ ਕਰੋ 20 ਕੁਸ਼ਤੀਆਂ ਆਪਾਂ ਕਰਾਉਣੀਆਂ ਪਹਿਲਾਂ ਬੜੀ ਜ਼ਿੰਮੇਵਾਰੀ ਦੇ ਨਾਲ ਸੋ ਮੇਰੀ ਇਹ ਬੇਨਤੀ ਹੈ ਕਿ 20 ਕੁਸ਼ਤੀਆਂ ਵਿੱਚ ਤੁਹਾਡੇ ਨਾਮੀ ਪਹਿਲਵਾਨਾਂ ਦਾ ਨਾਂ ਆ ਜਾਣਾ ਚਾਹੀਦਾ ਇੰਜ ਨਾ ਹੋਵੇ ਤੁਹਾਡੇ ਮੱਲ ਰਹਿ ਜਾਣ ਤੇ ਸਾਡੀਆਂ ਕੁਸ਼ਤੀਆਂ ਪੂਰੀਆਂ ਹੋ ਜਾਣ ਇਸ ਕਰਕੇ ਹੁਣ ਬੈਠਣ ਦੀ ਕਿਰਪਾਲਤਾ ਕਰੋ ਤਾਂ ਕਿ ਆਪਾਂ ਸਾਰੀਆਂ ਜਿਹੜੀਆਂ ਕੁਸ਼ਤੀਆਂ ਵਕਤ ਸਿਰ ਆਪਾਂ ਕਰਵਾ ਸਕੀਏ ਸਭ ਦਾ ਸਹਿਯੋਗ
ਸਾਰਿਆਂ ਦਾ ਤੋਰਨਾ ਆਓ ਨੌਜਵਾਨਾਂ ਨੂੰ ਚੰਗੀ ਸੇਧ ਦਈਏ ਚੰਗੇ ਪਾਸੇ ਤੋਰੀਏ ਤੁਹਾਡੇ ਪਹਿਲੇ ਮੇਰੇ ਤੇ ਬੜੇ ਸਾਨ ਹੈ ਕਲੇਰ ਸਾਹਿਬ ਅਸ਼ੋਕ ਕਲੇਰ ਜੀ ਬੋਲਾਂ ਦਾ ਮਾਣ ਕਰਦੇ ਹੋਏ 100 ਰੁਪਏ ਦਾ ਮਾਣ ਭੇਜਦੇ ਆ ਇਹ ਮੇਰੇ ਉੰਜ ਵੀ ਬਹੁਤ ਪ੍ਰੇਮੀ ਸੱਜਣ ਹੈ ਕੋਈ ਛਿੰਝ ਕੋਈ ਮੇਲਾ ਜੇ ਮੇਰ ਮੱਖਣ ਜੀ ਬੱਸਿਆ ਜਾਂਦਾ ਗਿਆਨ ਇੱਥੇ ਗਿਆਨ ਕਹਿ ਕੇ ਅੰਦਰ ਮੂਰੀ ਕੈਮਰੇ ਦੇ ਮੂਰੀ ਨਹੀਂ ਅੱਜ ਮੈਂ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਦਾ ਸਾਖੀ ਮੇਰੀ ਹਾਂਜੀ ਪੰਮਾ ਆਲੇ ਵੀ ਪੰਮਾ ਰੁੜਕਾ ਇਹਨਾਂ ਦਾ ਫੈਸਲਾ ਹੋ ਗਿਆ ਤੇ ਸਲੀਮ ਰੁੜਕਾ ਵਿਸ਼ਾਲ ਸੁਣਨਾ ਚੰਗਿਆੜਾ ਹਰੀਆਬਾਦ ਲੈ ਵੀ ਆ ਜਾਓ ਵੀਰੋ ਜਿਹਨਾਂ ਦਾ ਮੈਂ ਨਾਂ ਬੋਲੀ ਜਾਂਦਾ ਕੁਸ਼ਤੀਆਂ ਆਪਾਂ ਵੀ ਕਰਾਉਣੀਆਂ ਕਰਾਉਣੀਆਂ ਸਾਰੀਆਂ ਕਾਂਡੇਦਾਰ ਉੱਧਰ ਗੁਰਪ੍ਰੀਤ ਸੁਣਨਾ ਤੇ ਜਸਕਰਨ ਧਰੇਤਾ ਉਹ ਵੀ ਆ ਜਾਓ ਜੀ ਉੱਧਰ ਅਗਲੇ ਭਲਵਾਨ ਸੁਮਣ ਮਾਲੋ ਮਜ਼ਾਰਾ ਤੇ ਟਿੰਕੂ ਫਗਵਾੜਾ ਤੇ ਸਾਧੀ ਰਾਮਿਆਲ ਤੇ ਸੂਰਜ ਉੱਪਲ ਭੂਪਾ ਇਹਨਾਂ ਮੱਲਾਂ ਨੂੰ ਮੇਰੀ ਬੇਨਤੀ ਹੈ ਚੜ੍ਹਦੇ ਸੂਰਜ ਵਾਂਗੂ ਤੁਹਾਡਾ ਨਾਂ ਚਮਕੇ ਇਹ ਮੈਂ ਦੁਆ ਕਰਦਾ ਅਰਦਾਸ ਕਰਦਾ ਆਓ ਇੱਕ ਵਾਰ ਵਧੀਆ ਕੁਸ਼ਤੀਆਂ ਲੜ ਕੇ ਵਿਖਾਓ ਵੱਡੇ ਨਾਂ ਕਮਾਓ ਉਹ ਬਾਬੇ ਦਾ ਬਈ ਡਲਟ ਮਿੰਟਾਂ 'ਚ ਆਉਣ ਡਏ ਆ ਵਾਲ ਵਾਲ ਬਚਾ ਹੋ ਗਿਆ ਕੁੰਡੂ ਤੇ ਵੇਖਦਾ ਰਹਿ ਗਿਆ ਕਿ ਹੱਥ ਖੜਾ ਕਰਾਂ ਜਾਂ ਨਾ ਕਰਾਂ ਪਰ 60% ਕੁਸ਼ਤੀ ਟਿੰਕੂ ਦੀ ਕੁਸ਼ਤੀ ਹੈ ਜੀ ਸਲਮਾਨ ਸਲਮਾਨ ਵੱਲੋਂ ਬਜਾਰਾ ਤੇ ਟਿੰਕੂ ਫਗਵਾੜਾ ਚਕਾੜੀ ਲਿਖਣ ਪਟਣ ਜਾਂ ਤਾਂ ਮੈਂ ਘੱਟ ਪੜ੍ਹਿਆ ਜਾਂ ਬੜੀ ਜ਼ਿਆਦਾ ਪੜ੍ਹਿਆ ਕਿਤੇ ਕਿਤੇ ਪੰਜਾਬੀ ਸਾਨੂੰ ਬਹੁਤ ਘੱਟ ਆਉਂਦੀ ਹੈ ਅੰਗਰੇਜ਼ੀ ਉਦੋਂ ਵੀ ਘੱਟ ਆਉਂਦੀ ਹੈ ਵਾਹ ਵੇ ਵਜਾਉਂਦੇ ਰਹੋ ਸ਼ਾਬਾਸ਼ ਪੜ੍ਹਨਾ ਜ਼ਰੂਰੀ ਕਿਉਂਕਿ ਐਜੂਕੇਸ਼ਨ ਇਜ਼ ਮਸਟ ਫੋਰ ਲਾਈਫ ਐਵਰੀ ਟਾਈਮ ਐਵਰੀ ਵੇਅਰ ਜਿੱਥੇ ਮਰਜ਼ੀ ਜਾਓ ਐਜੂਕੇਸ਼ਨ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਪੜ੍ਹਨਾ ਵੀ ਜ਼ਰੂਰੀ ਹੈ ਪੜ੍ਹਨਾ ਵੀ ਜ਼ਰੂਰੀ ਹੈ ਜਿਹੜੇ ਚੰਗੇ ਖਿਡਾਰੀ ਰਹਿ ਜਾਂਦੇ ਪਿੱਛੇ ਉਹਦਾ ਇੱਕ ਕਾਰਨ ਹੁੰਦਾ ਕਿ ਐਜੂਕੇਸ਼ਨ ਨਹੀਂ ਹੁੰਦੀ ਖਿਡਾਰੀ ਵਧੀਆ ਹੁੰਦੇ ਆ ਜੇਕਰ ਐਜੂਕੇਸ਼ਨ ਪਲੱਸ ਸਪੋਰਟਸ ਹੋ ਜਾਏ ਫਿਰ ਜੋਬ ਪੱਕੀ ਆ ਇਹ ਮੇਰੀ ਗਰੰਟੀ ਹੈ ਅਸੀਂ ਸਪੋਰਟਸ ਐਂਡ ਕਲਚਰਲ ਸਾਡੀ ਐਸੋਸੀਏਸ਼ਨ ਆ ਨੂਰ ਮਹਿਲ ਬਲਾਕ ਰਜਿਸਟਰਡ ਉਹਦੇ ਵਿੱਚ 7-7, 8-8 ਮੁੰਡੇ ਹਰ ਵਾਰ ਡਾਇਰੈਕਟ ਹੀ ਭਰਤੀ ਹੁੰਦੇ ਖੇਡਾਂ ਦੇਖਣ ਡੀ ਜੀ ਪੀ ਆਇਆ ਹੁੰਦਾ ਆਈ ਜੀ ਬੈਠਾ ਹੁੰਦਾ ਉੱਥੋਂ ਹੀ ਮੁੰਡਾ ਸਿਲੈਕਟ ਕਰ ਲੈਂਦਾ ਵੀ ਆ ਜਾਈ ਤੈਨੂੰ ਪੁਲਿਸ ਵਿੱਚ ਭਰਤੀ ਕਰ ਲੈਣਾ ਇਸ ਕਰਕੇ ਐਜੂਕੇਸ਼ਨ ਜ਼ਰੂਰ ਨਾਲ ਹੋਣੀ ਚਾਹੀਦੀ ਆਵੇ ਚੰਗਿਆੜਾ ਸਿਆ ਕਰਜ ਰਾਤ ਖੜਾ ਇਹ ਆ ਸਾਡਾ ਬਹੁਤ ਹੀ ਹੋਣਹਾਰ ਪਹਿਲਵਾਨ ਚੰਗਿਆੜਾ ਇਹਦੀ ਕੁਸ਼ਤੀ ਹੈ ਜੱਗੀ ਰੁੜਕਾ ਦੇ ਨਾਲ ਅਗਲੀ ਪਰਚੀ ਮੇਰੇ ਕੋਲ ਆ ਗਈ ਹੈ ਸਹਿਜਪਾਲ ਛੇਪਾੜੀ ਅਜੇ ਉੱਪਲ ਭੁੱਪਾ ਇਹ ਵੀ ਤਿਆਰੀ ਕਰੋ ਚੰਗਿਆੜੇ ਕੁਸ਼ਤੀ ਕਰੋ ਬਈ ਸਟਾਰਟ ਵੀਰੇ ਕੁੰਦੂ ਕਰਾ ਜਰਾ ਫਟਾਫਟ ਸ਼ਾਬਾਸ਼ ਲਵੀ ਉਰਲੇ ਪਾਸੇ ਸੱਜੇ ਪਾਸੇ ਚੰਗਿਆੜਾ ਤੇ ਮੇਰੇ ਖੱਬੇ ਪਾਸੇ ਹੈ ਜਾਗੀ ਭਲਵਾਨ ਜੀ ਰੁੜਕੇ ਵਾਲਾ ਇਹ ਦੋਵੇਂ ਬੜੇ ਹੋਣਹਾਰ ਮੱਲ ਨੇ ਦੋਵਾਂ ਵਿਚਕਾਰ ਅੱਜ ਨਿਰਣਾਇਕ ਫੈਸਲਾ ਹੋਵੇਗਾ ਸੱਚੀ ਮੁੱਚੀ ਬਹੁਤ ਵਧੀਆ ਕੁਸ਼ਤੀ ਲੜਦੇ ਆ ਦੋਵੇਂ ਮੱਲ ਇੱਧਰ ਨੌਜਵਾਨ ਲੜਦੇ ਹੋਏ ਮੈਦਾਨ ਦੇ ਵਿੱਚ ਕੁਸ਼ਤੀ ਤੇ ਮੈਂ ਬੇਨਤੀ ਕਰਦਾ 10 ਨੰਬਰ ਤੱਕ ਪਰਚੀਆਂ ਆ ਗਈਆਂ ਗੀਤਾ ਰਾਮੇਵਾਲ ਤੇ ਮਨੀਸ਼ ਰੁੜਕਾ ਇਹਨਾਂ ਮੱਲਾਂ ਨੂੰ ਮੇਰੀ ਬੇਨਤੀ ਹੈ ਇਹ ਵੀ ਤਿਆਰੀ ਕਰੋ ਤੇ ਦੂਜੇ ਪਾਸੇ ਸਾਬੀ ਰਾਮੇਵਾਲ ਤੇ ਸੂਰਜ ਉੱਪਰ ਪੁੱਪਾ ਇਹ ਵੀ ਤਿਆਰੀ ਰੱਖਣ ਤੇ ਸਲਮਾਨ ਜਿਹੜਾ ਕਾਲੇ ਸੰਘਿਆਂ ਵਾਲਾ ਤੇ ਟਿੰਕੂ ਫਗਵਾੜੇ ਵਾਲਾ ਇਹ ਵੀ ਤਿਆਰੀ ਰੱਖੋ ਥੋੜਾ ਮੇਰਾ ਢੋਲ ਵਾਲਾ ਵੀ ਅੰਤਮ ਅੰਤਮ ਜਿਹਾ ਬੁਲਾਉਂਦੇ ਰਹੋ ਬੜੀ ਮਿਹਰਬਾਨੀ ਜੀ ਵੱਡੇ ਮਾਣ ਦੇ ਕੇ ਨਵਾਜ ਰਹੇ ਬੋਲਾਂ ਤੋਂ ਖੁਸ਼ ਹੋ ਕੇ ਸਲੀਮ ਰੁੜਕਾ ਤੇ ਵਿਸ਼ਾਲ ਦਿਲ ਵਾਲਾ ਸਾਡਾ ਵਿਸ਼ਾਲ ਸੁਣਦਾ ਵਾ ਡਾਕਟਰ ਕੁਲਵਿੰਦਰ ਸਾਹਿਬ ਵਾਹ ਜੀ ਵਾਹ ਮਾਇਆ ਰਹੀ ਡਾਕਟਰਾਂ ਕੋਲ ਗਈ ਹੈ ਅਸੀਂ ਵੀ ਇਹਨਾਂ ਕੋਲੋਂ ਲੈਣੇ ਮੁੰਬਈ ਡਾਕਟਰ ਹੀ ਸਾਡੇ ਜਰਾ ਇੱਕ ਵਾਰ ਦੱਸ ਦਿਓ ਕਿਹੜਾ ਕਿਹੜਾ ਡਾਕਟਰ ਹੈ ਮੈਂ ਉਹਨਾਂ ਦੇ ਆਲੇ ਦੁਆਲੇ ਘੁੰਮੀ ਜਾਣਾ ਵਾਹ ਜੀ ਵਾਹ ਜਿਉਂਦੇ ਵਸਦੇ ਰਹੋ ਭਾਜੀ ਸੋ ਬਹੁਤ ਬਹੁਤ ਧੰਨਵਾਦ ਜੀ ਗੁਰਪ੍ਰੀਤ ਸੁਣਨਾ ਵਾਲਾ ਤੇ ਜਸਕਰਨ ਤਲੇਤਾ ਵਾਹ ਵੀ ਵਾਹ ਇਹਨੂੰ ਕਹਿੰਦੇ ਚਗਿਆੜਾ ਇਹ ਆ ਚਗਿਆੜਾ ਇਹ ਜਦੋਂ ਕੁਸ਼ਤੀ ਦੇ ਮੈਦਾਨ 'ਚ ਜਾਂਦਾ ਚਗਿਆੜੇ ਕੱਢਦਾ ਜਾਂਦਾ ਕਿਉਂਦਾ ਵਸਦਾ ਰਹੇ ਕਿਉਂਦਾ ਵਸਦਾ ਮਾਣ ਹੈ ਸਾਨੂੰ ਮਾਣ ਹੈ ਇਹਨਾਂ ਦੀਆਂ ਕੁਸ਼ਤੀਆਂ ਤੇ
कई जड़िया थले वाली कुर्सियां ने नोट करो उन्हों का स्वाद पढ़ के तो भी बात होगा नोट कर लो कई बार पढ़ के बच्चे गलत ही नहीं आता लोग अड्डिया चक चक देते रहते हूं भी फैसला आया हूं भी पर नहीं आता पर पहलियां कुर्सियां इनिया शानदार होंगे देख के मजा आ जाता आखो चंगियाड़े वाली कुर्सी मैदान वाकई कमाल करता लो जी अगली जी कुश्ती है मैं माड़ा दस दिता जाए अच्छे परची लै जा मेरे तेन इनाम ये मिलना चाबा सहज पाल शेपाड़ी अजय उपर पुप्पा आ दे दो परची भाई सहज पाल शेपाड़ी अजय उपर पुप्पा गीता रामेवाल मनीष रोड़का इन्होंने विचार साबी रामेवाल सूरज उपर पुप्पा सलमान काला संघा टिंकू फगवाड़ा जी मैं परची बोलता हथ खड़ा कर दिया करो भगवान जी हाँ जी सलमान हथ खड़ा करो आप भी सलमान बनेगा सुलेमान दूजे पास टिंकू साडा प्यार रहा क्या भाई जय मस्तानी जी जय मस्तानी टिंकू फगवाड़ा ज्योदे पास रहो करो भी मैदान सलीम रुड़के वाला मस्तानी धरती चो आया सलीम आप परची भी ले ली अपनी जरूरी क्या भाई क्यों दे सारिया कुश्तियां कांडे का जिते जिते मेजर भगवान कृष्ण कोच जोड़ बनाते हैं उसे हमेशा इस गल का फायदा होता कुश्तियां कांडे का रही सारी वाह चौबी बाड़ोवाल से बाई फलौर यह जी कुश्ती बोल रहे हैं जोड़े बस रहो विशाबाश हर कोई अपने आप से मान करता है आंदा जो भी इस जहान अंदर फड़ा फोकिया मार के तुरन वाले परखे जाणगे आते काली दे छिंज मैदान अंदर परखे जाणगे इस मैदान अंदर रूपा मेरा वीर चंदा नगर जमदा रवे ये भी पलवान पुज गया इन्हां दा भी स्वागत करते हैं कम इन्ना सौखा नहीं ना छिंजा करौणियां सौखियां ना छिंजा टिकणा सौखा कम सारे औखे है पर तंगणे ओ मामा बलीपुत मामा दे जेड़े घुड़दे आ मैदान दे विच आके ते दुनिया नहीं कमजोरां दी ए पिड़ है शाह सवारां दा ते दुनिया नहीं कमजोरां दी ए पिड़ है शाह सवारां दा शाह सवार ओही बंदा है जिन्हें मेहनत कीती मशक्कत कीती है जिहदे टावड़ियां च जान होवे आ वेखो कुश्ती एन डेंजर जोन च चली गई कुश्ती जिउंदा रहे बहुत सोहणी कुश्ती लड़ रहा कभी बहुत शानदार कुश्ती लड़ता है इन्हू सुलेमान कहते हैं सुलेमान ते टेंकू परची मैं तुहाडी देती है भाई कोल है दे दो इहदी परची वाह जी आ भाई सुलेमान उत्ते गुरप्रीत सुनणा ते जसकरन तलेता भी तैयारी रखो सहज पाल छेपाड़ी पाजे छेपाड़ी पाजे उपर पुप्पा पप्पू पासा वड्डे पाजी है साडे बहुत होनहार पहलवान पूरा खानदान पहलवानी नूं समर्पित है ਤੇ ਗੱਲਾਂ ਹੁੰਦੀਆਂ ਗੇਜੇ ਪਾਸੇ ਦੀਆਂ ਇਤਿਹਾਸ ਵਿੱਚ ਨਾਂ ਦਰਜ ਰਹਿ ਗੁਰਦਾਵਰ ਪਹਿਲਵਾਨ ਦੀਆਂ ਗੱਲਾਂ ਹੁੰਦੀਆਂ ਸ਼ੰਕਰ ਵਾਲੇ ਦੀਆਂ ਇਹ ਐਵੇਂ ਨਹੀਂ ਗੱਲਾਂ ਹੁੰਦੀਆਂ ਕੁਝ ਕਰਕੇ ਵਿਖਾਇਆ ਹੁੰਦਾ ਸਾਡੇ ਨੇੜੇ ਪਿੰਡ ਆ ਮੈਸੋਪੁਰ ਹੁਕਮਾ ਮੈਸੋਪੁਰੀਆ ਬਈ ਥੋੜਾ ਬਚ ਕੇ ਬਈ ਪਹਿਲਵਾਨ ਜੀ ਉਹ ਬਹੁਤ ਵੱਡਾ ਅਖਾੜਾ ਵੇਖੋ ਕਿੱਡਾ ਬਈ ਮੈਦਾਨ ਐਡਾ ਵੱਡਾ ਹੈ ਮੈਦਾਨ ਛੱਡ ਕੇ ਨਹੀਂ ਜਾਈਦਾ ਵਿੱਚ ਕੋਲੋ ਪਰ ਕੀ ਭਾਈ ਨੂੰ ਲੱਗਿਆ ਮੈਨੂੰ ਦਰਸ਼ਨ ਹੋ ਰਹੇ ਵਿਜੇ ਪਹਿਲਵਾਨ ਜੀ ਫਗਵਾੜੇ ਵਾਲੇ ਉਹ ਵੀ ਸਾਡੇ ਕੋਲ ਉਸਤਾਦ ਪਹਿਲਵਾਨ ਨੇ ਪੁੱਛ ਗਏ ਨੇ ਕੁਸ਼ਤੀ ਨੂੰ ਡੈਡੀਕੇਟਡ ਲੋਕ ਡੈਡੀਕੇਟਡ ਸਮਰਪਣ ਦੀ ਭਾਵਨਾ ਸਮਰਪਣ ਦੀ ਭਾਵਨਾ ਸੋ ਪੁੱਛ ਗਿਆ ਮੈਂ ਸਵਾਗਤ ਕਰਦਾ ਉੱਥੇ ਮੈਨੂੰ ਹੁਣੇ ਹੁਣੇ ਸੂਚਨਾ ਮਿਲੀ ਹੈ ਮੈਂ ਦਰਸ਼ਨ ਤਾਂ ਨਹੀਂ ਹਲੇ ਕੀਤੇ ਕਹਿੰਦੇ ਤੀਰਥਮਾਲਾ ਵਾਲਾ ਸਾਡਾ ਇਸ ਇਲਾਕੇ ਦਾ ਲੈ ਉਹ ਬੈਠਾ ਮੇਰਾ ਭਰਾ ਤੀਰਥਮਾਲਾ ਇੱਕ ਵਾਰ ਖੜੇ ਹੋ ਕੇ ਦਰਸ਼ਨ ਦੇ ਦਿਓ ਬਈ ਅਖਾੜੇ ਦੇ ਵਿੱਚ ਆ ਕੇ ਸਲਾਮੀ ਦਿਓ ਅਖਾੜੇ ਨੂੰ ਇੱਕ ਜ਼ੋਰਦਾਰ ਤਾੜੀ ਜਾਓ ਜੀ ਸਾਡੇ ਦੁਆਬੇ ਦਾ ਮਾਣ ਇਸ ਇੰਨੇ ਛੋਟੇ ਜਿਹੇ ਖਿੱਤੇ ਵਿੱਚ ਜੇ ਕੋਈ ਭੱਜਾ ਭਲਵਾਨ ਬਣਿਆ ਉਹ ਤੀਰਥਮਾਲਾ ਤੋਂ ਸਾਡੇ ਕੋਲ ਪੁੱਜ ਗਿਆ ਜੀ ਹਾਂ ਇਹਨੇ ਕਿਰਪਾ ਤਲਵਰ ਤੇ ਸੁੱਖਾ ਮਹਿਲਪੁਰ ਕਰ ਲਓ ਤਿਆਰੀ ਰੰਗ ਤਾਂ ਕਿ ਆਪਾਂ ਕੁਸ਼ਤੀ ਕਰਾਈਏ ਲਓ ਜੀ ਅਗਲੀਆਂ ਕੁਸ਼ਤੀਆਂ ਐ ਕੁਸ਼ਤੀ ਸੁਲੇਮਾਨ ਵਾਲੀ ਪਰਚੀ ਮੇਰੇ ਕੋਲ ਬਾਅਦ ਲੈ ਲਿਓ ਜਸਕਰਨ ਤਲੇਤਾ ਤੇ ਗੁਰਪ੍ਰੀਤ ਸੁਣਾ ਚਲੋ ਹੋ ਗਈ ਕੁਸ਼ਤੀ ਤੇ ਪਰਚੀ ਬਣੋ ਨਾਮ ਲਓ ਸਹਿਜਪਾਲ ਛੇਪਾੜੀ ਤੇ ਅਜੇ ਉੱਪਰ ਪੁੱਪਾ ਕੁਸ਼ਤੀ ਮੈਦਾਨ ਦੇ ਵਿੱਚ ਛਾਤੀ ਡਾਹ ਕੇ ਲੜੀ ਜਾਂਦੀ ਹੈ ਆਪਣੇ ਡੌਲੇ ਆਪਣੇ ਪਰ ਪਰਖਣੇ ਪੈਂਦੇ ਆ ਪੱਟਾਂ 'ਚ ਕਿੰਨੀ ਕੁ ਜਾਨ ਹੈ
ਕਿ ਪਰਖਣੀ ਪੈਂਦੀ ਆ। ਅਗਲੀ ਪਰਚੀ ਅਮਰਜੀਤ ਰੋੜਕਾ ਵਰਸਿਸ ਅਭੀ ਸਿਪਵਾੜੀ, ਇਹਨਾਂ ਦੇ ਵਿਚਕਾਰ ਕੁਸ਼ਤੀ ਹੋਣੀ ਹੈ। ਮੱਲਾਂ ਨੂੰ ਬੇਨਤੀ ਹੈ ਵੀ ਤਿਆਰੀ ਕਰ ਲਓ। ਅਮਰਜੀਤ ਰੋੜਕਾ ਤੇ ਅਭੀ ਸਿਪਵਾੜੀ ਸਾਰੇ ਖਾੜਿਆਂ ਦਾ ਮਾਣ ਕਰ ਰਹੇ ਆਪਾਂ। ਉੱਥੇ ਅਗਰ ਕਮਲਜੀਤ ਪਹਿਲਵਾਨ ਟੂਨ ਛੇੜੀ ਵਾਲਿਆ, ਕਮਲ ਪਹਿਲਵਾਨ ਵੀ ਕਹਿੰਦੇ ਆ ਨਿਕ ਪ੍ਰੇਮ ਛੋਟਾ ਨਾਮ, ਅਗਰ ਉਹ ਪੁੱਜ ਗਏ ਭਾਰਤ ਕੇ ਸੀ ਪਹਿਲਵਾਨ ਹੈ, ਤੇ ਮੈਂ ਬੇਨਤੀ ਕਰਦਾ ਇੱਕ ਵਾਰ ਦਰਸ਼ਨ ਜ਼ਰੂਰ ਦੇ ਦੇਣ, ਸਾਰੀ ਤਾਂ ਕਿ ਸਾਰੀ ਸੰਗਤ ਉਹਨਾਂ ਦੇ ਦਰਸ਼ਨ ਕਰ ਸਕੇ। ਅਗਰ ਕਿਸੇ ਕੋਲ ਪਰਚੀਆਂ ਹੋਣ ਥੋੜੀਆਂ ਬਹੁਤ, ਢੋਲੀ ਕੋਲ ਵੀ ਹੋ ਸਕਦੀਆਂ, ਕਿਸੇ ਕਲਾਕਾਰ ਜਿਹੜੇ ਉੱਧਰ ਗਾ ਕੇ ਉਹਨਾਂ ਕੋਲ ਵੀ ਹੋ ਸਕਦੀਆਂ, ਤੇ ਕਿਸੇ ਭਲਵਾਨ ਕੋਲ ਹੋਣ ਤੇ ਬਈ ਸਾਨੂੰ ਪਰਚੀਆਂ ਜ਼ਰੂਰ ਦੇ ਦਿਓ, ਜਾਂ ਮੈਨੂੰ ਦੇਣ ਦੱਸ ਦਿੰਦੇ ਤਾਂ 20,000 ਦੀਆਂ ਤਾਂ ਮੈਂ ਵੀ ਲਿਆ ਸਕਦਾ। ਹਾਂਜੀ ਹਾਂਜੀ ਆ ਵੀ ਵੀਰੇ ਭਲਵਾਨ ਆਲੇ ਪਰਚੀ ਉਹ ਪਹਿਲਵਾਨੋ ਜੋ ਮਿਲਦਾ ਉਹਨੂੰ ਮੱਥੇ ਨਾਲ ਲਾਓ। ਇਹ ਸੁੱਖ ਵਾਲੀ ਸਿੰਘ ਹੈ, ਇਹ ਮਸਤਾਂ ਦੀ ਸਿੰਘ ਹੈ, ਇੱਥੋਂ ਪਿਆਰ ਆਸ਼ੀਰਵਾਦ ਹੀ ਮਿਲਣਾ, ਇਸ ਕਰਕੇ ਉਹ ਲਾਓ ਮੱਥੇ ਨੂੰ ਲਾਓ। ਉਹਨਾਂ ਜਿਹਨਾਂ ਦੀਆਂ ਸਧਰਾਂ ਪੂਰੀਆਂ ਹੁੰਦੀਆਂ, ਜਿਹਨਾਂ ਦੀ ਮਨੋਕਾਮਨਾ ਪੂਰੀ ਹੁੰਦੀ ਹੈ, ਜੇਕਰ ਉਹ ਪਿਆਰ ਨਾਲ ਇਹ ਜਿਹੜੀ ਸੇਵਾ ਭਾਵ ਨਾਲ ਸਿੰਘ ਕਰਾਉਂਦੇ ਉਹਦੀ ਕਦਰ ਕਰਨੀ ਚਾਹੀਦੀ ਹੈ। ਵਿਜੇ ਧਲੇਤਾ ਤੇ ਸੋਨੂੰ ਮਲਵਾ, ਸੋਨੂੰ ਮਾਲਵਾ ਵੀ ਹੋ ਸਕਦਾ, ਬੇਨਤੀ ਹੈ ਕਿ ਉਹ ਵੀ ਤਿਆਰੀ ਕਰ ਲੈਣ। ਗੇਪਾ ਤਲਵਾ ਤੁਸੀਂ ਤਿਆਰੀ ਰੱਖੋ ਜੀ। ਸਹਿਜਪਾਲ ਛੇਪਾੜੀ ਅਜੇ ਉੱਪਰ ਭੁੱਪਾ, ਅਜੇ ਉੱਪਰ ਭੁੱਪਾ ਤੇ ਸਹਿਜਪਾਲ ਛੇਪਾੜੀ, ਗੀਤਾ ਰਾਮੇਵਾਲ ਤੇ ਮਨੀਸ਼ ਰੁੜਕਾ, ਸਾਥੀ ਰਾਮੇਵਾਲ ਤੇ ਸੂਰਜ, ਚਲੋ ਕਰੋ ਸਟਾਰਟ, ਸਾਥੀ ਰਾਮੇਵਾਲ ਤੇ ਸੂਰਜ ਉੱਪਰ ਭੁੱਪਾ। ਡੂਮ ਛੇੜੀ ਵਾਲੇ ਭਲਵਾਨਾਂ ਨੂੰ ਮੈਂ ਬੇਨਤੀ ਕਰਦਾ, ਅੰਗਰੇਜ਼ ਡੂਮ ਛੇੜੀ ਪਟਕਾ ਨੰਬਰ 2 ਵਾਲੇ ਮੱਲ, ਪਟਕਾ ਨੰਬਰ 2 ਵਾਲੇ ਮੱਲਾਂ ਨੂੰ ਮੇਰੀ ਬੇਨਤੀ ਹੈ, ਅੰਗਰੇਜ਼ ਡੂਮ ਛੇੜੀ ਤੇ ਕੀਰਤੀ ਪੜੋ ਵਾਲੇ ਮੱਲਾਂ ਨੂੰ ਬੇਨਤੀ, ਇੱਕੋ ਮਿੰਟ ਦੇ ਵਿੱਚ ਅਖਾੜੇ ਵਿੱਚ ਆਓ ਤੇ ਜਿਵੇਂ ਤੀਰਥਮਾਲਾ ਜੀ ਬਹਿ ਗਏ ਆ ਤੁਸੀਂ ਸਾਡੇ ਸਾਹਮਣੇ ਆ ਕੇ ਬਹਿ ਜਾਓ ਤਾਂ ਕਿ ਸਾਨੂੰ ਪਤਾ ਲੱਗੇ ਕਿ ਮੱਲ ਆ ਗਏ। ਸ਼ਾਬਾਸ਼ ਲਓ ਜੀ, ਮੇਰੇ ਸਾਹਮਣੇ ਕੁਸ਼ਤੀ ਚੱਲਦੀ ਹੈ, ਸਾਥੀ ਰਾਮੇ ਵਾਲ ਗਿਆ ਤੇ ਸੂਰਤ ਉੱਪਾ ਉੱਪਰ ਭੁੱਪਾ ਦੇ ਵਿਚਕਾਰ, ਉੱਥੇ ਅਮਰਜੀਤ ਰੋੜਕਾ ਤੇ ਅਭੀ ਸ਼ੇਪਾੜੀ, ਇਹਨਾਂ ਨੂੰ ਮੇਰੀ ਬੇਨਤੀ ਹੈ ਇਹ ਵੀ ਫਟਾਫਟ ਮੈਦਾਨ ਦੇ ਵਿੱਚ ਆਉਣ ਦੀ ਕਿਰਪਾਲਤਾ ਕਰੋ। ਬੌਬੀ ਬਾੜੋਵਾਲ ਤੇ 22 ਫਲੋਰ ਜੀਤਾ ਰਾਮੇਵਾਲ ਤੇ ਮਨੀਸ਼ ਰੋੜਕਾ, ਆ ਜਿਉਂ ਇਹਨਾਂ ਦਾ ਰਿਜ਼ਲਟ ਆਉਂਦਾ ਹੈ ਲੱਕਾ ਨਾ ਢੇਸੀਆਂ ਜਿਹਨਾਂ ਦੇ ਕੋਲ ਕੁਸ਼ਤੀ ਚੱਲਦੀ ਹੈ, ਜਿਉਂ ਹੀ ਰਿਜ਼ਲਟ ਆਉਂਦਾ ਹੈ ਮੇਰੇ ਵੀਰਾਂ ਨੂੰ ਬੇਨਤੀ ਹੈ ਕਿ ਅਗਲੀ ਕੁਸ਼ਤੀ ਨਾਲ ਸਟਾਰਟ ਕਰ ਦਿਓ, ਥੋੜ੍ਹੇ ਸਮੇਂ 'ਚ ਵੱਧ ਕੁਸ਼ਤੀਆਂ ਕਰਾਵਾਂਗੇ। ਵੱਧ ਮੈਂ ਢੋਲ ਬਾਰੇ ਗੱਲਾਂ ਕਰਾਂਗੇ ਅਤੇ ਨਾਲ ਨਾਲ ਢੋਲ ਦੇ ਨਾਲ ਬੋਲਾਂ ਦਾ ਮਿਸ਼ਰਣ ਕਰਕੇ ਤੁਹਾਡਾ ਮਨੋਰੰਜਨ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਕੁਸ਼ਤੀ ਕਲਾ ਨਾਲ ਜੋੜਾਂਗੇ। ਕੁਸ਼ਤੀ ਕਲਾ ਜਿੰਨਾ ਮਨੁੱਖ ਪੁਰਾਣਾ ਓਨੀ ਕੁਸ਼ਤੀ ਪੁਰਾਣੀ, ਦੁਨੀਆਂ ਦੀ ਸਭ ਤੋਂ ਪਹਿਲੀ ਖੇਡ, ਜਿਹਨੂੰ ਮਰਜ਼ੀ ਪੁੱਛ ਲਿਓ, ਜਿਹੜਾ ਮਰਜ਼ੀ ਵੇਦ ਗ੍ਰੰਥ ਪੜ੍ਹ ਲਿਓ, ਦੁਨੀਆਂ ਦੀ ਸਭ ਤੋਂ ਪਹਿਲੀ ਖੇਡ ਕੁਸ਼ਤੀ ਹੈ। ਪਹਿਲਾਂ ਬੰਦਾ ਡਾਇਰੈਕਟ ਬੰਦੇ ਨਾਲ ਘੁਲਿਆ, ਤਾਕਤ ਨੂੰ ਅਜਮਾਉਣਾ ਪੈਣਾ ਤੇ ਉਹਨਾਂ ਨੇ ਅਜਮਾਇਆ, ਉਹਦੇ ਵਿੱਚੋਂ ਜਿਹੜੀ ਖੇਡ ਨਿਕਲੀ ਉਹਨੂੰ ਕੁਸ਼ਤੀ ਕਹਿੰਦੇ ਆ। ਸੋ ਇਸ ਕਰਕੇ ਆਓ, ਕੁਸ਼ਤੀ ਬਹੁਤ ਪੁਰਾਣੀ, ਅੱਜ ਪੂਰੀ ਦੁਨੀਆਂ ਜਿਹੜੀ ਆ ਕੁਸ਼ਤੀ ਨਾਲ ਜੁੜ ਚੁੱਕੀ ਹੈ, ਪਰ ਬੇਸਿਕਲੀ ਜਿਹੜੀ ਆ ਸਿੰਧੂ ਘਾਟੀ ਦੀ ਸਭਿਅਤਾ ਦੇ ਨਾਲ ਖੇਡ ਦੇ ਨਾਲ ਜੁੜੇ ਹੋਏ ਆ, ਉਸ ਪੁਰਾਣੀ ਖੇਡ ਦਾ ਆਨੰਦ ਲੈ ਰਿਹਾ ਜਿਹੜੀ ਸਾਡੇ ਬਜ਼ੁਰਗਾਂ ਦੇ ਜ਼ਰੀਏ ਅਗਾਂਹ ਤੋਂ ਅਗਾਂਹ ਸਾਡੇ ਨਾਲ ਤੁਰਦੀ ਆਈ ਹੈ। ਇਹ ਉਹ ਕੁਸ਼ਤੀ ਹੈ ਜਿਹਦੇ ਬਾਰੇ ਜ਼ਿਕਰ ਆਉਂਦਾ ਕਿ ਕ੍ਰਿਸ਼ਨ ਭਗਵਾਨ ਦੀ ਕੁਸ਼ਤੀ ਇੱਕ ਜ਼ਮਾਨੇ ਵਿੱਚ ਧੰਨ ਧੰਨ ਬਾਬਾ ਸਿੱਧ ਬਲੀ ਦੇ ਨਾਲ, ਪਿੰਡਾਂ ਵਿੱਚ ਬਾਬਾ ਸਿੱਧ ਬਲੀ ਦੀ ਜਗ੍ਹਾ ਹੁੰਦੀ ਹੈ, ਉਹ ਵੀ ਬਹੁਤ ਚੋਟੀ ਦੇ ਮੱਲ ਹੋਏ ਇੱਕ ਜ਼ਮਾਨੇ ਦੇ, ਜਾਰੀ ਰੱਖੀ। ਸੋ ਉਹਨਾਂ ਨੇ ਵੀ ਭਾਵਨਾਵਾਂ ਦੇਖੋ ਕਿੰਨੀਆਂ ਚੰਗੀਆਂ ਲੋਕਾਂ ਦੀਆਂ, ਜਿਹੜੇ ਆਪਣੀ ਨੇਕ ਕਮਾਈ ਵਿੱਚੋਂ ਲੱਖਾਂ ਰੁਪਈਆ ਦਾਨ ਕਰਕੇ ਰਵਾਇਤੀ ਖੇਡਾਂ ਨਾਲ ਤੁਹਾਨੂੰ ਜੋੜਦੇ ਆ, ਸੋ ਉਹਨਾਂ ਦੀ ਕਦਰ ਵੀ ਕਰਨੀ ਚਾਹੀਦੀ ਹੈ। ਸੋ ਭਲਵਾਨੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਜ਼ਰੂਰਤ ਹੈ ਕਿ ਆਪਾਂ ਚੰਗੇ ਮੱਲ ਵੀ ਤਿਆਰ ਕਰੀਏ। ਸਰਦਾਰ ਜਗਦੀਪ ਸਿੰਘ ਜੀ ਰਾਮੇਵਾਲ ਦੀ ਸਰਪੰਚ ਹੈ, ਉਹਨਾਂ ਨੂੰ ਇੱਥੇ ਪੰਜ ਗੁਰਜੀਆਂ ਨੂੰ ਕਹਿੰਦੇ ਹਾਂ, ਉੱਥੇ ਰੋਸ਼ਨ ਸਿੰਘ ਜੀ ਰਾਮੇਵਾਲੀਆ ਸਾਹਿਬ
ਸਾਡੀਆਂ ਵਿਖਣ ਵਾਸਤੇ ਆਏ ਹੈ। ਸਤਿਕਾਰ ਜੋ ਸਾਡੇ ਦਾਨੀ ਸੱਜਣ ਹੈ, ਸਹਿਯੋਗੀ ਸੱਜਣ ਹੈ, ਸਿੰਜਾ ਕੁਸ਼ਤੀਆਂ ਦੇ ਨਾਲ ਮੈਂ ਕਹਿ ਸਕਦਾ ਕਿ ਜਿੰਨੀਆਂ ਵੀ ਖੇਡਾਂ ਹੁੰਦੀਆਂ ਮਨਾਂ ਮੂੰਹੀ ਪਿਆਰ ਰੱਖਦੇ ਆ। ਮੈਂ ਦਿਲੋਂ ਧੰਨਵਾਦ ਕਰਦਾ, ਦਿਲੋਂ ਜੀਆਂ ਨੂੰ ਕਹਿੰਦਾ, ਵੱਡੇ ਮਾਣ ਦੇ ਕੇ ਬੋਲਾਂ ਤੋਂ ਨਿਵਾਜਦੇ ਆ। ਬਹੁਤ ਬਹੁਤ ਧੰਨਵਾਦ ਸਰਦਾਰ ਜਗਜੀਤ ਸਿੰਘ ਜੀ, ਡਾਮੇ ਵਾਲੀਆਂ ਸਰਪੰਚ ਸਾਹਿਬ। ਲਓ ਜੀ ਅਗਲੀਆਂ ਚੱਲਣਗੀਆਂ ਕੁਸ਼ਤੀਆਂ। ਜੀਤਾ ਡਾਮੇ ਵਾਲ, ਆਓ ਜੀ ਬਲਾਓ, ਹੋ ਗਈ ਆ ਪਰਚੀ ਤਾਂ ਲੈ ਲਓ। ਸੁਨੀਸ਼ ਰੋੜਕਾ, ਬੌਬੀ ਬਾੜੋਵਾਲ ਤੇ ਬਾਈ ਬਲਾਓ, ਬਰਾੜ ਹਰੀਆਵਾਲ ਤੇ ਕਾਕਾ ਰਾਮੇਵਾਲ, ਬਰਾੜ ਭਲਵਾਨ ਇਹ ਵੀ ਬੜਾ ਹੋਣਹਾਰ ਪਹਿਲਵਾਨ। ਲਓ ਜੀ ਮੈਦਾਨ ਦੇ ਵਿੱਚ ਜਿਹੜੀ ਆ ਕੁਸ਼ਤੀ ਚੱਲਣ ਲੱਗੀ ਹੈ, ਵੇਖੋ ਜਰਾ ਇਹਨਾਂ ਦੇ ਗੁੱਸੇ ਵੇਖੋ, ਇਹਨਾਂ ਦੀਆਂ ਕਮਾਈਆਂ ਵੇਖੋ, ਇਹਨਾਂ ਦੀਆਂ ਮਿਹਨਤਾਂ ਵੇਖੋ, ਸਰੀਰ ਦਾ ਦੰਦਾ। 15 ਮਿੰਟ ਕੁਸ਼ਤੀ ਹੋਣੀ ਹੈ। ਬੌਬੀ ਬਾੜੋਵਾਲ ਮੇਰੇ ਸੱਜੇ ਪਾਸੇ ਤੇ ਬਾਈ ਫਲੋਰ ਮੇਰੇ ਖੱਬੇ ਪਾਸੇ, ਇਹਨਾਂ ਦੇ ਵਿਚਕਾਰ ਮੈਦਾਨ ਦੇ ਵਿੱਚ ਚੱਲਦੀ ਹੋਈ ਇੱਕੋ ਇੱਕ ਕੁਸ਼ਤੀ। ਬੜੀ ਪ੍ਰੇਮ ਭਾਵਨਾ ਨਾਲ ਕੁਸ਼ਤੀ ਦੋਵਾਂ ਬੰਦਾਂ ਨੇ ਸਿੱਖੀ ਹੈ। ਦੋਵਾਂ ਦੇ ਖਾੜੇ ਬਹੁਤ ਵੱਡੇ ਆ, ਮਿਹਨਤਾਂ ਬਹੁਤ ਵੱਡੀਆਂ। ਇਹ ਬਾਦਸ਼ਾਹ ਜਿਹਨਾਂ ਕੀਤੀਆਂ ਨੇਕ ਕਮਾਈਆਂ ਨੇ, ਨੇਕ ਕਮਾਈਆਂ, ਨੇਕੀ ਦਾ ਮੁੱਲ ਸਰਪੰਚ ਸਾਹਿਬ ਅੱਜ ਨਹੀਂ ਤੇ ਕੱਲ੍ਹ ਜ਼ਰੂਰ ਪੈਂਦਾ, ਉਹ ਪੈਣਾ ਹੀ ਪੈਣਾ। ਜਿਹਨਾਂ ਨੇ ਕਮਾਈਆਂ ਕੀਤੀਆਂ ਉਹਨਾਂ ਦੇ ਡੌਲੇ ਦੱਸ ਦਿੰਦੇ ਆ। ਇਹ ਬੰਦਾ ਬਰਜਿਸ਼ ਕਰਦਾ, ਮਿਹਨਤ ਕਰਦਾ, ਕਿਸੇ ਉਸਤਾਦ ਦਾ ਚੰਡਿਆ ਚੰਗਾ ਚੇਲਾ। ਗੁਰੂ, ਗੁਰੂ ਦੀ ਬੜੀ ਵੱਡੀ ਵਡਿਆਈ ਹੈ। ਗੁਰੂ ਹਾਂ ਇੱਕ ਵਾਰ ਕਹਾਂਗੇ, ਕਹਿੰਦਾ ਗੁਰੂ ਬਿਨਾਂ ਗੱਤ ਨਹੀਂ ਤੇ ਸ਼ਾਹ ਬਿਨਾਂ ਪੱਤ ਨਹੀਂ। ਇਹ ਗੱਗਾ ਗੁਰੂ ਬਿਨਾਂ ਨਾ ਗੱਤ ਹੋਵੇ, ਗੁਰੂ ਬਿਨਾਂ ਹੁੰਦਾ ਤੱਤ ਵਿਚਾਰ ਨਾਹੀਂ। ਗੁਰੂ ਬਿਨਾਂ ਨਾ ਸੱਚ ਦੀ ਪਹਿਚਾਣ ਹੋਵੇ, ਗੁਰੂ ਬਿਨਾਂ ਕਿਤੇ ਲੱਗਦਾ ਧਿਆਨ ਨਾ। ਤੇ ਇਸ ਕਰਕੇ ਗੁਰੂ ਦੀ ਬਹੁਤ ਵਡਿਆਈ ਹੈ। ਗੁਰਬਾਣੀ ਗਵਾਹੀ ਭਰਦੀ ਹੈ ਕਿ ਬਲਿਹਾਰੀ ਗੁਰੂ ਆਪਣੇ ਦਿਓਹਾੜੀ ਸੱਤ ਵਾਰ, ਜਿਨ ਮਾਨਸ ਤੇ ਦੇਵ ਟਿਕੀਏ ਕਰਤ ਨ ਲਾਗੀ ਵਾਰ, ਜੇ ਸੌ ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਥੇ ਚੰਨ ਹੁੰਦਿਆਂ ਗੁਰਬਿੰਦ ਕੋਲ ਅਰਦਾਸ। ਸੋ ਗੁਰੂ ਦੀ ਵਡਿਆਈ ਹੈ। ਸਾਡੇ ਕੋਲ ਅੱਜ ਬਹੁਤ ਸਾਰੇ ਉਸਤਾਦ ਖਲੀਫੇ ਪੁੱਜੇ ਹੋਏ ਆ, ਸਭ ਦਾ ਸਤਿਕਾਰ, ਸਭ ਦਾ ਮਾਣ ਤੇ ਸਭ ਨਾਲ ਸਾਡਾ ਪਿਆਰ। ਸਾਰਿਆਂ ਨੂੰ ਬੇਨਤੀ ਹੈ, ਆਪੋ ਆਪਣੇ ਸ਼ਾਗਿਰਦਾਂ ਦੇ ਨਾਲ ਫਟਾਫਟ ਜਿਹੜੇ ਉਹਨਾਂ ਨੂੰ ਤਿਆਰ ਕਰਕੇ ਮੈਦਾਨ ਦੇ ਵਿੱਚ ਭੇਜੋ, ਆਪਣਾ ਆਸ਼ੀਰਵਾਦ ਦੇ ਕੇ ਭੇਜੋ, ਤਾਂ ਕਿ ਉਹ ਵਧੀਆ ਕੁਸ਼ਤੀ ਦਾ ਪ੍ਰਦਰਸ਼ਨ ਕਰਨ, ਤਾਂ ਕਿ ਵਧੀਆ ਸਿੰਘ ਜਿਹੜੀ ਹੈ ਅੱਜ ਦੀ ਉਹ ਨਿਬੜੇ, ਉੱਤਮ ਕਲਾ ਦਾ ਨਮੂਨਾ ਦਿਖਾਉਣ। ਕਲਾ ਕਿ ਕਲਾ ਯੋਗ ਦਾ ਨਾਮ ਹੈ, ਰੂਪ ਜੀ ਦਾ ਹੈ ਧਿਆਨ, ਕਲਾ ਸਵਾਰੇ ਜਗਤ ਨੂੰ ਕਲਾ ਰਚੇ ਭਗਵਾਨ। ਵੇਖੋ ਭਗਵਾਨ ਦੀ ਉੱਤਮ ਕਲਾ ਦਾ ਨਮੂਨਾ ਮੈਦਾਨ ਦੇ ਵਿੱਚ ਘੁੜਦੇ ਹੋਏ ਪਹਿਲਵਾਨ ਵਿਖਾਉਂਦੇ ਹੋਏ ਆਪਣੀ ਵਧੀਆ ਕੁਸ਼ਤੀ, ਵਧੀਆ ਕੁਸ਼ਤੀ ਦਾ ਨਜ਼ਾਰਾ।